ਕਿੰਨੀ ਦਰਿੰਦਗੀ ਦੇ ਨਾਲ ਉਹਨਾਂ ਦੇ ਆਂਢ ਗੁਆਂਢ ਚ ਰਹਿਣ ਵਾਲੇ ਬੰਦੇ ਕੁੜੀਆਂ ਉਹਨਾਂ ਦੇ ਸਕੇ ਸਕੇਲੇ ਮਾਰ ਦਿੰਦੇ ਆ। ਲੁਧਿਆਣੇ ਘਟਨਾ ਹੋਈ ਸੀ, ਉਹ ਕੁੜੀ ਸੀ ਰੋਜ਼, ਉਹਦੀ ਗੁਆਂਢਣ ਨੇ ਲਿਜਾ ਕੇ ਉਹਦੇ ਮੂੰਹ ਚ ਰੇਤਾ ਪਾ ਕੇ ਕਿੰਨੀ ਤਕਲੀਫ ਦੇ ਕੇ ਉਹਨੂੰ ਜਵਾਕੜੀ ਨੂੰ ਮਾਰਿਆ ਸੀ, ਜਿਹੜੀ ਛੋਟੀ ਜਿਹੀ ਬੱਚੀ ਸੀ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਇੱਕ ਹੋਰ ਘਟਨਾ ਵਾਪਰੀ ਸੀ, ਸਕੇ ਤਾਏ ਨੇ ਆਪਣਾ ਭਤੀਜਾ ਨਹਿਲ ਸਿੱਟ ਕੇ ਮਾਰਤਾ। ਜਾਂ ਰੋਜ਼ ਆਪਾਂ ਇਹੋ ਜਿਹੀਆਂ ਖ਼ਬਰਾਂ ਪੜ੍ਹਦੇ ਹਾਂ ਵੀ ਗੁਆਂਢੀਆਂ ਨੇ ਜਵਾਕ ਮਾਰਤਾ ਜਾਂ ਸਕਿਆਂ ਨੇ ਕਿਸੇ ਨੇ ਜਵਾਕ ਨੂੰ ਮਾਰਤਾ, ਮਾਰ ਕੇ ਦੱਬਤਾ ਜਾਂ ਵੜਤਾ ਜਾਂ ਸਿੱਟਦਾ ਕਿਤੇ। ਇਹ ਰੋਜ਼ ਦੀਆਂ ਘਟਨਾਵਾਂ ਵਾਪਰਦੀਆਂ ਨੇ। ਇੱਕ ਨਵੀਂ ਘਟਨਾ ਵਾਪਰੀ ਹੈ ਪਿੰਡ ਮਹਾਰਾਜ ਵਿਖੇ, ਛੋਟਾ ਜਿਹਾ ਜਵਾਕ ਸਾਡੇ ਕੋਲ ਖੜਾ, 9 ਸਾਲ ਦੀ ਉਮਰ ਹੈ ਜੀ। ਤੁਹਾਨੂੰ ਦੱਸਣ ਦਾ ਸਾਡਾ ਕਾਰਨ ਕੀ ਆ, 9 ਸਾਲ ਦੀ ਇਹਦੀ ਬੱਚੇ ਦੀ ਉਮਰ ਆ, ਇਹਦੇ ਉੱਤੇ ਆਹ ਦਿਖਾਉਂਦੇ ਹਾਂ ਇਹਦੇ ਹਾਲਾਤ ਵਿਚਾਰੇ ਦੇ, ਆਹ ਹਾਲਾਤ ਇਹਦੇ ਕੀਤੇ ਗਏ ਆ। ਵੀਡੀਓ ਨੀ, ਫੋਟੋ ਆ, ਵੀਡੀਓ ਦਿਖਾ ਜਿਹਦੇ ਕੋਲ ਹੈਗੀ, ਵੀਡੀਓ ਨੀ ਫੋਟੋ ਆ, ਆਹ ਚਲਾ, ਆਹ ਦੇਖਿਓ, ਹੁਣ ਤੁਸੀਂ ਦੇਖੋ ਵੀ ਇਹ 9 ਸਾਲ ਦਾ ਜਵਾਕ ਹੈ, ਇਹਨੂੰ ਦਰਿੰਦਗੀ ਨਾਲ ਇੰਨੇ ਕੁੱਟਿਆ ਗਿਆ ਤੇ ਜਿਹੜਾ ਬੰਦਾ ਫੜਿਆ ਗਿਆ ਉਹਦਾ ਮਕਸਦ ਇਹ ਸੀਗਾ ਵੀ ਇਹਨੂੰ ਕੁੱਟ ਕੇ ਜਵਾਕ ਨੂੰ ਕੋਈ ਮੈਡਮ ਨਾਲ ਸਕੂਲ ਦੀ ਨਾਲ ਉਹਦਾ ਕੋਈ ਹੋਣਾ, ਕੋਈ ਲਾਗ ਡਾਟ ਹੋਣੀ ਹੈ, ਕੋਈ ਲੱਗਦੀ ਹੋਣੀ ਹੈ, ਫਸਾਉਣ ਦਾ ਚੱਕਰ ਸੀ, ਮੈਡਮਾਂ ਨੂੰ ਫਸਾ ਦਿਆਂਗੇ। ਇਹਨੂੰ ਕੁੱਟ ਕੇ ਇਹ ਵੀ ਕਿਹਾ ਗਿਆ ਵੀ ਦੁਬਾਰਾ ਤੈਨੂੰ ਮਾਰ ਦੂੰ, ਨਹੀਂ ਮੈਡਮਾਂ ਨਾ ਰੱਖਣਾ। ਹੋ ਸਕਦਾ ਬੱਚੇ ਨੂੰ ਮਾਰ ਵੀ ਸਕਦਾ ਸੀ, ਤਾਂ ਇਹ ਤੂੰ ਦੱਸ ਪੁੱਤਾ ਦੇ ਤੇ ਮੈਂ ਮਾਸੀ ਦੇ ਘਰੇ ਪਾਣੀ ਪੀਣ ਗਿਆ ਸੀਗਾ ਤੇ ਉੱਥੋਂ ਮੈਨੂੰ ਨਾਲੇ ਬਾਹਰ ਨਾ ਮਾਰਿਆ ਤੇ ਨਾਲੇ ਮੈਨੂੰ ਸੜਕ ਤੇ ਸੁੱਟਿਆ ਗਾ ਤੇ ਨਾਲੇ ਮੈਨੂੰ ਪੱਖੇ ਲਿਆ ਹੈਗਾ ਨਾਲੇ ਮੈਨੂੰ ਪੱਖੇ ਲਿਆ ਹੋਰ ਕੀ ਕਹਿੰਦਾ ਸੀ ਪੁੱਤ ਹੋਰ ਨਾਲੇ ਚੁੰਮਿਆ ਬੰਨਿਆ ਗਾ ਕੀ ਕਹਿੰਦਾ ਸੀ ਤੈਨੂੰ ਵੀ ਕਹਿੰਦਾ ਨਹੀਂ ਤਾਂ ਮੈਂ ਜਦੋਂ ਨਾ ਘਰੇ ਦੱਸਿਆ ਤਾਂ ਫਿਰ ਮੈਂ ਤੈਨੂੰ ਮਾਰ ਦੂੰਗਾ। ਤੋ ਬਾਈ ਇੱਕ ਤਾਂ ਜਵਾਕਾਂ ਦਾ ਖਿਆਲ ਰੱਖਿਆ ਕਰੋ, ਸਾਡਾ ਕਹਿਣ ਦਾ ਭਾਵ ਆ। ਦੂਜੀ ਗੱਲ ਜਿਹੜੀ ਅਸੀਂ ਖਾਸ ਕਰਕੇ ਕਹਿਣੀ ਆ, ਆ ਜਿਹੜੇ ਨਵੀਂ ਸਰਕਾਰ ਵਾਲੇ ਆ ਤੁਹਾਨੂੰ ਦੇਖ ਹੀ ਰਿਹਾ, ਨਵੇਂ ਨਵੇਂ ਚੌਧਰੀ ਬਣੇ ਆ, ਇਹਦੇ ਪਿੱਛੇ ਫੋਨ ਕਰਦੇ ਆ, ਉਹ ਬੰਦੇ ਦੇ ਪਿੱਛੇ ਥਾਣੇ ਚ ਉਹਦੇ ਬੰਦੇ ਦੇ ਪਿੱਛੇ ਫੋਨ ਕਰ ਰਹੇ ਆ ਉਹਦੀ ਹਮਾਇਤ ਚ ਵੀ ਪਰਚਾ ਨੀ ਦੇਣਾ, ਇਹਨੂੰ ਕੁਛ ਕਹਿਣਾ ਨੀ। ਹਾਲਾਂਕਿ ਉਹ ਜਿਹੇ ਬੰਦੇ ਨਾਲ ਤਾਂ ਉਹ ਹਿਸਾਬ ਕਿਤਾਬ ਕਰਨਾ ਚਾਹੀਦਾ ਵੀ ਉਹਨੇ ਸੋਚਿਆ ਨਾ ਹੋਵੇ, ਪੁਸਤਕਾਂ ਕਈ ਪੌਂਕਾਂ ਵਜਾਉਣ ਆਉਣੇ ਸਮੇਂ ਚ ਵੀ ਸਾਡੇ ਬੰਦੇ ਨੇ ਆਹ ਕਰਤੂਤ ਕੀਤੀ, ਉਦੋਂ ਬਾਅਦ ਆਹ ਹੋਈ ਇਹਦੇ ਨਾਲ। ਸ਼ਰਮ ਕਰਨੀ ਚਾਹੀਦੀ ਉਹ ਜਿਹੇ ਬੰਦਿਆਂ ਨੂੰ ਯਾਰ, ਜਿਹੜੇ ਇਹੋ ਜਿਹੇ ਬੰਦਿਆਂ ਦੇ ਮਗਰ ਜਾ ਕੇ ਥਾਣਾ ਸਪੋਰਟਾਂ ਕਰਦੇ ਆ, ਕਰਾਉਣ ਦੀਆਂ ਗੱਲਾਂ ਕਰਦੇ ਆ, ਪਰਚਾ ਨਾ ਕਰਾਉਣ ਦੀਆਂ ਗੱਲਾਂ ਕਰਦੇ ਆ। ਇਸ ਕਰਕੇ ਅਸੀਂ ਇੱਥੇ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਜੇ ਕੋਈ ਢਿੱਲ ਮੱਠ ਵਰਤੀ ਜਾਂਦੀ ਹੈ, ਨਹੀਂ ਕੋਈ ਮੁਕੱਦਮਾ ਦਰਜ ਹੁੰਦਾ, ਨਹੀਂ ਕੋਈ ਸਖਤਾਈ ਹੁੰਦੀ, ਤਾਂ ਸੰਘਰਸ਼ ਵਿੱਢਿਆ ਜਾਊਗਾ। ਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਬਾਈ ਜਵਾਕਾਂ ਦਾ ਖਿਆਲ ਰੱਖਿਆ ਕਰੋ, ਇਸ 'ਚ ਕੋਈ ਕਿਸੇ ਦਾ ਪਤਾ ਨਹੀਂ ਹੈ, ਆਹ ਬੇਚਾਰੇ ਦਾ ਜਵਾਕ ਹੈ, ਆ ਦੇਖੋ ਇੱਕ ਬੇਚਾਰਾ ਅਪਾਹਜ ਬੰਦਾ ਹੈ, ਇਹਦਾ ਇਹ ਜਵਾਕ ਹੈ, ਕੀ ਇਹਦੀ ਕਿਸੇ ਨਾ ਕੋਈ ਲਾਗ ਡਾੜ ਕੋਈ ਦੁਸ਼ਮਣੀ ਹੋ ਸਕਦੀ ਹੈ। ਸੋ ਦੇਖਦੇ ਹਾਂ ਕੀ ਬਣਦਾ, ਤੇ ਉਹਨਾਂ ਨੂੰ ਮੈਂ ਲਾਹਨਤ ਪਾਉਣਾ ਜਿਹੜੇ ਬੰਦੇ ਕਰਤੂਤ ਕਰ ਰਹੇ ਆ ਉਹ ਬੰਦੇ ਦੇ ਪਿੱਛੇ ਫੋਨ ਕਰਨ ਦੀ, ਉਹ ਬੰਦੇ ਦੀ ਹਮਾਇਤ ਕਰਦੇ ਆ, ਉਹਨੂੰ ਛਡਾਉਣ ਵੀ ਗਏ, ਉਹਦੇ ਪਿੱਛੇ ਫੋਨ ਵੀ ਕੀਤੇ ਆ। ਸ਼ਰਮ ਕਰੋ, ਕੱਲ ਨੂੰ ਤੁਹਾਡਾ ਜਵਾਕ ਹੋ ਸਕਦਾ ਹੈ। ਫਿਰ ਹਰ ਗੱਲ ਦੇ ਵਿੱਚ ਰਾਜਨੀਤੀ ਚੰਗੀ ਨਹੀਂ ਹੁੰਦੀ, ਠੀਕ ਆ, ਤੁਹਾਡੇ ਨਾਲ ਹੋਊਗਾ, ਤੁਹਾਡਾ ਕੋਈ ਹਮਾਇਤੀ ਹੋਊਗਾ, ਇਹਦਾ ਮਤਲਬ ਇਹ ਤਾਂ ਨਹੀਂ ਜਵਾਕ ਨੂੰ ਕੱਲ ਨੂੰ ਮਾਰ ਦਿੰਦਾ, ਫਿਰ ਅਗਲਾ ਘਰ ਪੱਟਿਆ ਨਾ ਥੋੜੀ ਰਾਜਨੀਤੀ ਰਹਿ ਜਾਣੀ ਸੀ। ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ ਦੀ ਆਦਤ ਪਾਓ, ਸੋਚ ਬਣਾਓ। ਇਹੀ ਕੰਮ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ, ਆਦਮ ਦਾ ਲਕਚਾ ਇਹ ਮਾੜਾ ਹੁੰਦਾ, ਉਹਦੇ ਨਾਲ ਖੜ ਜਾਂਦੇ ਜਾ ਕੇ, ਅਜੈਦਾਰ ਜਾ ਕੇ ਥਾਣੇ ਚ ਵੀ ਛੁਡਾ ਲਿਆਉਂਦੇ ਸੀ, ਆ ਦੂਜੇ ਕਾਂਗਰਸੀ ਵੀ ਛੁਡਾ ਲਿਆਉਂਦੇ ਸੀ ਜਾ ਕੇ। ਹੁਣ ਇਹੀ ਕੰਮ ਆਹ ਕਰਤਾ ਅਖੌਤੀ ਇਨਕਲਾਬ ਵਾਲਿਆਂ ਨੇ। ਸ਼ਰਮ ਕਰੋ ਘੱਟੋ ਘੱਟ।